ਦੇਖੋ ਖਾਲਸਾ ਦਾ ਜੀਵਨ ਕਿਹੋ ਜਿਹਾ ਹੋਵੇ। ਨਾਮ ਦੇ ਨਾਲ ਖਾਲਸਾ ਲਗਾਓ ਚੰਗੀ ਗੱਲ ਹੈ, ਪਰ ਖਾਲਸੇ ਦਾ ਮਤਲਬ ਹੈ ਖਾਲਸਾ, ਕੋਈ ਮਿਲਾਵਟ ਨਹੀਂ, ਖਾਲਸਾ ਪਿਓਰ, ਜਿਹਦੇ ਵਿੱਚ ਕੋਈ ਮਿਲਾਵਟ ਨਹੀਂ। ਖਾਲਸਾ ਗੁਣਾਂ ਦਾ ਨਾਮ ਹੈ, ਖਾਲਸਾ ਜੀਵਨ ਦਾ ਨਾਮ ਹੈ। ਗੁਰਮੁਖੋ, ਨਾਮ ਦੇ ਨਾਲ ਖਾਲਸਾ ਲਗਾਉਣਾ ਸੌਖਾ ਹੈ, ਪਰ ਖਾਲਸੇ ਵਾਲੇ ਕੰਮ ਕਰਨੇ, ਖਾਲਸੇ ਵਾਲਾ ਜੀਵਨ ਬਤੀਤ ਕਰਨਾ। ਗੁਰਮੁਖੋ, ਜਦੋਂ ਅਸੀਂ ਖਾਲਸੇ ਵਾਲਾ ਜੀਵਨ ਬਤੀਤ ਕਰਾਂਗੇ, ਗੱਲ ਫਿਰ ਬਣੇਗੀ। ਜਦੋਂ ਅਸੀਂ ਆਪਣੇ ਦਿਲਾਂ 'ਤੇ ਇਹ ਖਾਲਸੇ ਦਾ ਰਾਜ, ਮਾਫੀ ਦਿਓ ਸੰਗਤ ਜੀ, ਅੱਜ ਅਸੀਂ ਮੌਲੀਆਂ ਵੀ ਬੰਨਦੇ ਹਾਂ, ਗਲਾਂ 'ਚ ਧਾਗੇ ਵੀ ਪਾਉਂਦੇ ਹਾਂ, ਤਵੀਤ ਵੀ ਪਾਉਂਦੇ ਹਾਂ, ਸੋਮਵਾਰ ਦੀ ਸਾਡੀ ਟੇਕ ਹੋਰ ਕਿਤੇ ਹੁੰਦੀ, ਮੰਗਲਵਾਰ ਨੂੰ ਕਿਤੇ ਹੋਰ, ਬੁੱਧਵਾਰ ਨੂੰ ਹੋਰ, ਵੀਰਵਾਰ ਨੂੰ ਹੋਰ ਕਿਤੇ ਜਾਂਦੇ ਹਾਂ, ਸ਼ੁੱਕਰਵਾਰ ਦੀ ਟੇਕ ਹੋਰ ਕਿਤੇ, ਸ਼ਨੀਵਾਰ ਨੂੰ ਹੋਰ ਕਿਤੇ ਜਾ ਕੇ ਤੇਲ ਪਾਉਂਦੇ ਹਾਂ। ਗੁਰਮੁਖੋ, ਜਦ ਤੱਕ ਸਾਡੇ ਇਹ ਹੱਥਾਂ 'ਤੇ ਦਿਲਾਂ ਦੇ ਰਾਜ ਖਾਲਸੇ ਦਾ ਨਹੀਂ ਹੋਵੇਗਾ, ਹੁਣ ਇੱਧਰ ਗੱਲ ਨਹੀਂ ਬਣਨੀ। ਉਹ ਸਾਡੇ ਉਂਗਲਾਂ 'ਤੇ ਨਗਾਂ ਦਾ ਰਾਜ ਹੋਵੇ, ਬਾਹਾਂ 'ਤੇ ਮੌੜੀਆਂ ਦਾ ਰਾਜ ਹੋਵੇ, ਗਲਾਂ ਧਾਗਿਆਂ ਤਵੀਤਾਂ ਦਾ ਰਾਜ ਹੋਵੇ, ਤਾਂ ਰਾਜ ਮੰਗੀਏ ਖਾਲਸੇ ਦਾ? ਉੱਚੀ 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 ਬੜੀ ਰਾਜ ਕਰੇਗਾ ਖਾਲਸਾ, ਗੁਰਮੁਖੋ ਪੜ੍ਹਿਆ ਗੱਲ ਨਹੀਂ ਬਣਨੀ। ਪਹਿਲਾਂ ਆਪਣੇ ਦਿਲਾਂ 'ਤੇ ਖਾਲਸੇ ਦਾ ਰਾਜ ਕਰੋ, ਦਿਲਾਂ 'ਤੇ, ਗੁੱਟਾਂ 'ਤੇ ਮੌੜੀਆਂ ਨਹੀਂ ਕੜੇ ਨਜ਼ਰ ਆਉਣ, ਗਲਾਂ 'ਚ ਧਾਗੇ ਤਰੀਤ ਨਹੀਂ ਸਰੀਰ ਸਾਹਿਬ ਨਜ਼ਰ ਆਉਣ,